ਵੀ ਮੈਂ ਇੱਕ ਵਾਰ ਇੱਥੇ ਆ ਕੇ ਗਿਆ ਸੀਗਾ ਅਤੇ ਮੈਂ ਜਲੰਧਰ ਵਾਸੀਆਂ ਥੋੜ੍ਹੀ ਜਿਹੀ ਇੱਕ ਦੇਖਣਾ ਹੈ ਕਹਿੰਦੇ ਉਹ ਦੁਬਾਰਾ ਯਾਦ ਕਰਾਉਣਾ ਇਹ ਇਸ ਵਾਰ ਛੋਟੇ ਭਰਾ ਨੇ ਕਿੰਨੀਆਂ ਵੋਟਾਂ ਨੂੰ ਕਰਾ ਕੇ ਹਰੇਕ ਕਸ਼ਮੀਰ ਦੀ ਅਪੀਲ ਕਰ ਕੀ ਲੱਗਦਾ ਪੰਜਾਬ 'ਚ ਸਰ ਕਿਵੇਂ ਦੀ ਸਥਿਤੀ ਰਹੇਗੀ ਕਾਂਗਰਸ ਦੀ, ਕਿਉਂਕਿ ਇੱਕ ਪਾਸੇ ਆਮ ਆਦਮੀ ਵੀ ਹੈ ਅਤੇ ਦੂਸਰੇ ਪਾਸੇ ਕਾਂਗਰਸ ਹੈ ਅਤੇ ਅਕਾਲੀ ਦਲ ਵੀ ਇਸ ਵਾਰ ਵੱਖ ਲੜ ਰਹੇ ਹੈ ਅਤੇ ਬੀਜੇਪੀ ਵੀ ਵੱਖ ਲੜ ਰਹੀ ਹੈ। ਅਸੀਂ ਸਾਰੀਆਂ ਸੀਟਾਂ ਜਿੱਤਾਂਗੇ ਕੋਈ ਗੱਲ ਨਹੀਂ, ਪੂਰੇ ਆਸ ਪਾਸ ਬਹੁਤ ਵਧੀਆ ਲੋਕਾਂ ਨੂੰ ਜਿੰਨੀਆਂ ਵੀ ਸੀਟਾਂ ਦੇ ਜਿੱਤਦੇ ਹਰ ਇੱਕ ਜਗ੍ਹਾ 'ਤੇ ਵਧੀਆ। ਜੇ ਗੱਲ ਕੀਤੀ ਜਾਵੇ ਕਿ ਇੱਕ ਪਾਸੇ ਤੁਸੀਂ ਇਲਜ਼ਾਮ ਲਗਾ ਰਹੇ ਹੋ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਿ ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਵਿੱਚ ਆਮ ਆਦਮੀ ਪਾਰਟੀ ਨਹੀਂ ਕਰਵਾਇਆ ਸੀ, ਪਰ ਅਗਰ ਗੱਲ ਇੰਡੀਆ ਗਠਬੰਧਨ ਦੀ ਕੀਤੀ ਜਾਵੇ ਤਾਂ ਉੱਥੇ ਤਾਂ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਇੱਕ ਨਜ਼ਰ ਆ ਰਹੀ ਹੈ। ਮੇਰੀ ਇਲਜ਼ਾਮ ਲਾਉਣ ਦੀ ਕਿੱਥੋਂ ਮਤਲਬ ਗੁਜਾਇਸ਼ ਰਹੇਗੀ? ਸਰਕਾਰ ਤਾਂ ਖੁਦ ਸੁਪਰੀਮ ਕੋਰਟ 'ਚ ਖੁਦ ਮੰਨੀ ਜਾਂਦੀ ਹੈ ਵੀ ਅਸੀਂ ਸਕਿਉਰਟੀ ਵਿਦਡਰਾ ਕੀਤੀ ਤਾਂ ਸਿੱਧੂ ਮੂਸੇਵਾਲਾ ਮਾਰਿਆ ਗਿਆ। ਮੇਰੇ ਤਾਂ ਕਹਿਣ ਦੀ ਗੱਲ ਹੀ ਨਾ ਰਹੀ, ਹੁਣ ਤਾਂ ਸਰਕਾਰ ਨੇ ਖੁਦ ਹੀ ਉਹਨਾਂ ਦੇ AG ਨੇ ਜਾ ਕੇ ਸੁਪਰੀਮ ਕੋਰਟ 'ਚ ਹਲਫਨਾਮਾ ਹੀ ਦਿੱਤਾ, ਇਹ ਤਾਂ ਗੱਲ ਹੀ ਕਲੀਅਰ ਹੋ ਗਈ। ਬਸ ਕੀ ਲੱਗਦਾ ਕਿ ਇਸ ਵਕਤ ਐਕਸ਼ਨ ਕਿਉਂ ਨਹੀਂ ਹੋ ਪਾ ਰਿਹਾ? ਦੇਖੋ ਸਰਕਾਰ ਦੇ ਵੱਲੋਂ ਨਲਾਇਕੀ ਕੈਸੇ ਲੈਣੇ, 2 ਸਾਲ ਹੋ ਗਏ ਹਾਲੇ ਤੱਕ ਚਾਰਜ ਫਰੇਮ ਨਹੀਂ ਹੋਇਆ, ਦਰ ਦਰ ਤੇ ਭਟਕਦੇ ਫਿਰਦੇ। ਇੱਕ ਹਥਿਆਰਾ ਜੇਲ੍ਹ 'ਚ ਹੈ, ਇੱਕ ਵਿਦੇਸ਼ ਦੇ ਵਿੱਚ ਹੈ, ਏਜੰਸੀਆਂ ਜ਼ਰੂਰ ਲੱਗੀਆਂ ਹੋਈਆਂ ਸਾਰੇ ਹੀ ਵੀਰ, ਜਿਹੜੇ ਬੰਦੇ ਡਾਊਟਫੁੱਲ ਵੀ ਹੈ ਜਿਹੜਿਆਂ ਨੂੰ ਮੈਂ ਨਾਮਜ਼ਦ ਕੀਤਾ 4-5 ਬੰਦੇ, ਸਾਰੇ ਪਕੌੜੇ ਖਾ ਕੇ ਮਿਲ ਜਾਂਦੇ ਪੁਲਿਸ ਕੋਲ, ਆਪਣੇ ਕਿਸੇ ਨੂੰ ਪੁੱਛਦੇ ਨਹੀਂ। ਥੈਂਕ ਯੂ। ਮੀਡੀਆ ਮੈਂ ਪਹਿਲਾਂ ਵੀ ਮੈਂ ਇੱਕ ਵਾਰ ਇੱਥੇ ਆ ਕੇ ਗਿਆ ਸੀਗਾ ਅਤੇ ਮੈਂ ਜਲੰਧਰ ਵਾਸੀਆਂ ਥੋੜ੍ਹੀ ਜਿਹੀ ਇੱਕ ਦੇਖਣਾ ਹੈ ਕਹਿੰਦੇ ਉਹ ਦੁਬਾਰਾ ਯਾਦ ਕਰਾਉਣਾ ਇਹ ਇਸ ਵਾਰ ਛੋਟੇ ਭਰਾ ਨੇ ਕਿੰਨੀਆਂ ਵੋਟਾਂ ਨੂੰ ਕਰਾ ਕੇ ਹਰੇਕ ਕਸ਼ਮੀਰ ਦੀ ਅਪੀਲ ਕਰਾ। ਕੀ ਲੱਗਦਾ ਪੰਜਾਬ 'ਚ ਸਰ ਕਿਵੇਂ ਦੀ ਸਥਿਤੀ ਰਹੇਗੀ ਕਾਂਗਰਸ ਦੀ, ਕਿਉਂਕਿ ਇੱਕ ਪਾਸੇ ਆਮ ਆਦਮੀ ਵੀ ਹੈ ਅਤੇ ਦੂਸਰੇ ਪਾਸੇ ਕਾਂਗਰਸ ਹੈ ਅਤੇ ਅਕਾਲੀ ਦਲ ਵੀ ਇਸ ਵਾਰ ਵੱਖ ਲੜ ਰਹੇ ਹੈ ਅਤੇ ਬੀਜੇਪੀ ਵੀ ਵੱਖ ਲੜ ਰਹੀ ਹੈ। ਦੇਖੋ ਅਸੀਂ ਸਾਰੀਆਂ ਸੀਟਾਂ ਜਿੱਤਾਂਗੇ ਕੋਈ ਗੱਲ ਨਹੀਂ, ਪੂਰੇ ਆਸ ਪਾਸ ਬਹੁਤ ਵਧੀਆ ਲੋਕਾਂ ਨੂੰ ਜਿੰਨੀਆਂ ਵੀ ਸੀਟਾਂ ਦੇ ਜਿੱਤਦੇ ਹਰ ਇੱਕ ਜਗ੍ਹਾ 'ਤੇ ਵਧੀਆ। ਜੇ ਗੱਲ ਕੀਤੀ ਜਾਵੇ ਕਿ ਇੱਕ ਪਾਸੇ ਤੁਸੀਂ ਇਲਜ਼ਾਮ ਲਗਾ ਰਹੇ ਹੋ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਿ ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਵਿੱਚ ਆਮ ਆਦਮੀ ਪਾਰਟੀ ਨਹੀਂ ਕਰਵਾਇਆ ਸੀ, ਪਰ ਅਗਰ ਗੱਲ ਇੰਡੀਆ ਗਠਬੰਧਨ ਦੀ ਕੀਤੀ ਜਾਵੇ ਤਾਂ ਉੱਥੇ ਤਾਂ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਇੱਕ ਨਜ਼ਰ ਆ ਰਹੀ ਹੈ। ਮੇਰੀ ਇਲਜ਼ਾਮ ਲਾਉਣ ਦੀ ਕਿੱਥੋਂ ਮਤਲਬ ਗੁਜਾਇਸ਼ ਰਹੇਗੀ? ਸਰਕਾਰ ਤਾਂ ਖੁਦ ਸੁਪਰੀਮ ਕੋਰਟ 'ਚ ਖੁਦ ਮੰਨੀ ਜਾਂਦੀ ਹੈ ਵੀ ਅਸੀਂ ਸਕਿਉਰਟੀ ਵਿਦਡਰਾ ਕੀਤੀ ਤਾਂ ਸਿੱਧੂ ਮੂਸੇਵਾਲਾ ਮਾਰਿਆ ਗਿਆ। ਮੇਰੇ ਤਾਂ ਕਹਿਣ ਦੀ ਗੱਲ ਹੀ ਨਾ ਰਹੀ, ਹੁਣ ਤਾਂ ਸਰਕਾਰ ਨੇ ਖੁਦ ਹੀ ਉਹਨਾਂ ਦੇ AG ਨੇ ਜਾ ਕੇ ਸੁਪਰੀਮ ਕੋਰਟ 'ਚ ਹਲਫਨਾਮਾ ਹੀ ਦਿੱਤਾ, ਇਹ ਤਾਂ ਗੱਲ ਹੀ ਕਲੀਅਰ ਹੋ ਗਈ। ਬਸ ਕੀ ਲੱਗਦਾ ਕਿ ਇਸ ਵਕਤ ਐਕਸ਼ਨ ਕਿਉਂ ਨਹੀਂ ਹੋ ਪਾ ਰਿਹਾ? ਦੇਖੋ ਸਰਕਾਰ ਦੇ ਵੱਲੋਂ ਨਲਾਇਕੀ ਕੈਸੇ ਲੈਣੇ, 2 ਸਾਲ ਹੋ ਗਏ ਹਾਲੇ ਤੱਕ ਚਾਰਜ ਫਰੇਮ ਨਹੀਂ ਹੋਇਆ, ਦਰ ਦਰ ਤੇ ਭਟਕਦੇ ਫਿਰਦੇ। ਇੱਕ ਹਥਿਆਰਾ ਜੇਲ੍ਹ 'ਚ ਹੈ, ਇੱਕ ਵਿਦੇਸ਼ ਦੇ ਵਿੱਚ ਹੈ, ਏਜੰਸੀਆਂ ਜ਼ਰੂਰ ਲੱਗੀਆਂ ਹੋਈਆਂ ਸਾਰੇ ਹੀ ਵੀਰ, ਜਿਹੜੇ ਬੰਦੇ ਡਾਊਟਫੁੱਲ ਵੀ ਹੈ ਜਿਹੜਿਆਂ ਨੂੰ ਮੈਂ ਨਾਮਜ਼ਦ ਕੀਤਾ 4-5 ਬੰਦੇ, ਸਾਰੇ ਪਕੌੜੇ ਖਾ ਕੇ ਮਿਲ ਜਾਂਦੇ ਪੁਲਿਸ ਕੋਲ, ਆਪਣੇ ਕਿਸੇ ਨੂੰ ਪੁੱਛਦੇ ਨਹੀਂ। ਥੈਂਕ ਯੂ।